ਅਕਾਸ਼ ਬੈਨੀਪਾਲ ਕਹਿ ਰਿਹਾ ਸਾਡੇ ਵਿਕਟਿਮ ਨੂੰ ਕਿ ਤੇਰੀ ਨੰਗੀ ਦੀਆਂ ਪਿਕਚਰਾਂ ਹੈਗੀਆਂ, ਅਸੀਂ ਨੰਗੀ ਦੀ ਪਿਕਚਰਾਂ ਹੁਣ ਵਾਇਰਲ ਕਰ ਦੇਣੀ ਆ। ਮੈਨੂੰ ਮਨਜ਼ੂਰ ਆ ਕਿ ਰਾਤ ਨੂੰ ਮੈਂ ਕੁੱਤੇ ਨੂੰ ਫੜ ਕੇ ਨਾ ਜੱਫੀ ਪਾ ਕੇ ਪੈ ਜਾਵਾਂ। $500 ਕੌਣ ਦੂਗਾ ਅੱਜ ਉਹਨੂੰ ਨਾ ਦੂ। ਸੋ ਇਟਸ ਅ ਬਲੱਡੀ ਗੇਮ, ਇਹਨਾਂ ਕੋਲੇ ਨਾ ਜਾਓ। ਗੋ ਟੂ ਦਾ ਲਾਅ, ਗੋ ਟੂ ਦਾ ਕੋਰਟ, ਗੋ ਟੂ ਦਾ ਪੁਲਿਸ। ਇੱਥੇ ਆ ਕੰਟਰੀਆਂ 'ਚ ਰਹਿ ਕੇ ਵੀ ਆਪਾਂ ਆਪਾਂ ਇਹੋ ਜਿਹੀਆਂ ਚਬਲਾਂ ਦੇ ਪਿੱਛੇ ਲੱਗਣਾ। ਸ਼ੇਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਗਿੱਦੜਾਂ ਦਾ ਜੋ ਟੋਲਾ ਖੈਂਦਾ। ਸ਼ੇਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਗਿੱਦੜਾਂ ਦਾ ਜੋ ਟੋਲਾ ਖੈਂਦਾ। ਹੁਣ ਸਾਹਮਣੇ ਜੱਬ ਤੇ ਦਰਦ ਫਰਕਿਆ ਹਾਲੇ ਉਲਾ ਰਹਿੰਦਾ। ਪਹਿਲਾਂ ਪਿਆਰ ਨਾਲ ਸਮਝਾ ਲੈਵੇ। ਉਹ ਸਮਝਾਇਆ ਸੀ ਕਿੱਥੇ ਮੰਨਦੀਆਂ ਨੇ ਇਹ ਜਵਲਾਂ ਜਵਲਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਾਫੀ ਦਿਨਾਂ ਤੋਂ ਅਰਸ਼ ਬੈਨੀਪਾਲ ਦਾ ਮੁੱਦਾ ਕਾਫੀ ਪਕਿਆ ਹੋਇਆ ਸੀ। ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਯੂਕੇ ਦੀ ਇੱਕ ਮਾਡਲ ਬਿਸ਼ੰਬਰ ਦਾਸ ਵੱਲੋਂ ਅਰਸ਼ ਬੈਨੀਪਾਲ ਤੇ ਆਰੋਪ ਲਾਏ ਗਏ ਸਨ ਕਿ ਉਹਨਾਂ ਨੇ ਇੱਕ ਲੜਕੀ ਨੂੰ ਗਰਭਵਤੀ ਕਰ ਉਸ ਲੜਕੀ ਤੋਂ ਪੈਸੇ ਵੀ ਠੱਗੇ ਹਨ। ਜਿਸ ਤੋਂ ਬਾਅਦ ਅਰਸ਼ ਬੈਨੀਪਾਲ ਖਿਲਾਫ ਮੋਹਾਲੀ ਦੇ NRI ਪੁਲਿਸ ਸਟੇਸ਼ਨ ਵਿੱਚ ਮਾਮਲਾ ਵੀ ਦਰਜ ਹੋ ਚੁੱਕਿਆ ਸੀ। ਹੁਣ ਇਸ ਮਾਮਲੇ ਵਿੱਚ ਕੁਝ ਵੱਡੇ ਸਬੂਤ ਸਾਹਮਣੇ ਆਏ ਹਨ, ਜਿਨ੍ਹਾਂ ਸਬੂਤਾਂ ਨੂੰ ਐਡਵੋਕੇਟ ਸਿਮਰਜੀਤ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਤੋਂ ਬਾਅਦ ਇੱਕ ਨਾਮੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਦੱਸਿਆ ਕਿ ਅਰਸ਼ ਬੈਨੀਪਾਲ ਤੇ ਆਰੋਪ ਲਾਉਣ ਵਾਲੀ ਲੜਕੀ ਖੁਦ ਹੀ ਵਿਆਹੀ ਹੋਈ ਹੈ। ਇਸ ਦੇ ਨਾਲ ਉਸ ਨੂੰ ਅਰਸ਼ ਨਾਲ ਮਿਲਣ ਤੋਂ ਪਹਿਲਾਂ ਹੀ ਅਰਸ਼ ਦੇ ਵਿਆਹੇ ਹੋਣ ਦੀ ਜਾਣਕਾਰੀ ਵੀ ਸੀ। ਇਸ ਦੇ ਨਾਲ ਐਡਵੋਕੇਟ ਗਿੱਲ ਨੇ ਕਿਹਾ ਕਿ ਮੀ ਟੂ ਮੁਹਿੰਮ ਦਾ ਗਲਤ ਪ੍ਰਯੋਗ ਨਹੀਂ ਹੋਣਾ ਚਾਹੀਦਾ, ਬਲਕਿ ਇਹ ਮੁਹਿੰਮ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਇਸ ਦੇ ਸੰਬੰਧ ਵਿੱਚ ਮਾਡਲ ਬਿਸ਼ੰਬਰ ਦਾਸ ਨਾਲ ਗੱਲ ਕੀਤੀ ਤਾਂ ਬਿਸ਼ੰਬਰ ਦਾਸ ਦਾ ਕਹਿਣਾ ਸੀ ਕਿ ਜੇਕਰ ਅਰਸ਼ ਬੈਨੀਪਾਲ ਨੇ ਲੜਕੀ ਨੂੰ ਗਰਭਵਤੀ ਨਹੀਂ ਕੀਤਾ ਤਾਂ ਅਰਸ਼ ਉਸ ਲੜਕੀ ਤੋਂ ਪੈਸੇ ਲਏ ਹਨ, ਉਹਨਾਂ ਨੂੰ ਵਾਪਸ ਕਰ ਦੇਵੇ। ਜਿਸ ਦਾ ਜਵਾਬ ਦਿੰਦਿਆਂ ਅਰਸ਼ ਬੈਨੀਪਾਲ ਨੇ ਪਹਿਲਾਂ ਹੀ ਆਪਣੀ ਇੱਕ ਇੰਟਰਵਿਊ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਉਸ ਲੜਕੀ ਨੇ ਉਹਨਾਂ ਨੂੰ ਸ਼ੋਅ ਲਈ ਆਪ ਐਡਵਾਂਸ ਪੈਸੇ ਦਿੱਤੇ ਹਨ, ਬਲਕਿ ਉਹਨਾਂ ਨੇ ਨਹੀਂ ਮੰਗੇ ਸੀ, ਜੋ ਸ਼ੋਅ ਕਿਸੇ ਕਾਰਨਾਂ ਕਰਕੇ ਨਹੀਂ ਹੋ ਸਕਿਆ। ਇਸ ਤੋਂ ਬਾਅਦ ਐਡਵੋਕੇਟ ਗਿੱਲ ਨੇ ਅਰਸ਼ ਬੈਨੀਪਾਲ ਦੇ ਖਿਲਾਫ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ, ਜੋ ਵੀਡੀਓ ਉਹਨਾਂ ਨੇ ਬਾਅਦ ਵਿੱਚ ਡਿਲੀਟ ਕਰ ਦਿੱਤੀ ਸੀ। ਇਸ ਦੇ ਸੰਬੰਧ ਵਿੱਚ ਗਿੱਲ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਦੂਸਰਾ ਪੱਖ ਚੰਗੀ ਤਰ੍ਹਾਂ ਨਹੀਂ ਪਤਾ ਸੀ, ਪਰ ਹੁਣ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਅਰਸ਼ ਬੈਨੀਪਾਲ ਬਿਲਕੁਲ ਨਿਰਦੋਸ਼ ਹੈ ਤੇ ਹੁਣ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅਰਸ਼ ਬੈਨੀਪਾਲ ਖਿਲਾਫ਼ ਦਰਜ ਹੋਇਆ ਕੇਸ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਸੱਚ ਦੇ ਹੱਕ ਵਿੱਚ ਹੋ ਜਾਂ ਨਹੀਂ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।